इंडिया तो आया तुहानू किन्ना टाइम हो गया? साडा जी जन्म इधरला, साडा बाप इंडिया चो आया, असि इधर आके मैं पैदा होया। इधर आके पैदा हो? वाले साहब उथे दूसरा ये काम करते, बकरियां चार दे आए, बकरियां ले आए उधर। सही है। ਉਹਨਾਂ ਨੂੰ ਕਿਵੇਂ ਸ਼ੌਕ ਪਿਆ ਸੀ? ਉਹਨਾਂ ਨੂੰ ਸ਼ੌਕ ਪਹਿਲਾਂ ਤੋਂ ਲੱਗਾ ਸੀ, ਪਹਿਲਾਂ ਸਾਡਾ ਜਿਹੜਾ ਬਾਬਾ ਉਹ ਵੀ ਚਾਰਦਾ। ਸਹੀ ਹੋ ਗਿਆ, ਬਾਬਾ ਵੀ ਚਾਰਦਾ ਤੇ ਉਸ ਤੋਂ ਬਾਅਦ ਸਾਡਾ ਬਾਪ ਵੀ ਚਾਰਦਾ ਸੀ। ਹਾਂਜੀ। ਮੁੜ ਕੇ ਬਾਬਾ ਜੀ ਉਧਰ ਦੀ ਇੱਕ ਗੱਲ ਸੁਣੀ ਸੀ ਕਿ ਰਾਤ ਨੂੰ ਬੱਕਰੀਆਂ ਚਾਰਦੇ ਆ। ਹਾਂਜੀ, ਰਾਤ ਨੂੰ ਬੰਦੇ ਬੱਕਰੀਆਂ ਛੱਡਦੇ ਸੀ, ਸਾਡੇ ਜਿਹੜੇ ਵੱਡਕੇ ਸੀ ਨਾ। ਹਾਂਜੀ। ਬੱਕਰੀਆਂ ਰਾਤ ਨੂੰ ਛੱਡ ਕੇ ਚਾਰ। ਸਹੀ। ਤੇ ਇੱਥੇ ਨਹੀਂ ਛੱਡਦੇ? ਇੱਧਰ ਨਹੀਂ। ਹੁਣ ਇੱਕ ਤਾਂ ਕੁੱਤਾ ਨਹੀਂ ਕੋਈ ਲੰਘਣ ਦਿੰਦਾ, ਜ਼ਿਮੀਦਾਰ ਗੱਲ ਠੇਕੇ ਵੱਧ ਗਏ, ਮਹਿੰਗਾਈਆਂ ਵੱਧ ਗਈਆਂ। ਉਧਰ ਬੱਕਰੀਆਂ ਬੱਕਰੀਆਂ ਬੰਮੀਆਂ ਦੀ ਬਾਂਗ ਨਾ ਛੱਡਣੀਆਂ, ਸਵੇਰ ਨੂੰ ਬੱਕਰੀਆਂ ਆਉਣੀਆਂ। ਸਹੀ। ਜਦੋਂ ਬਾਂਗਾਂ ਦਾ ਟਾਈਮ ਹੋਣਾ ਉਦੋਂ ਬੱਕਰੀਆਂ ਰੱਜ ਕੇ ਬਾੜੇ ਆ ਜਾਣੀਆਂ। ਸਹੀ। ਦਿਨੇ ਸਾਰਾ ਦਿਨ ਬੱਕਰੀਆਂ ਜਿਵੇਂ ਹੁਣ ਬੈਠੀਆਂ ਇੱਥੇ, ਇੱਥੇ ਗਾਲੀ ਕਰੀ ਜਾਣੀ ਬੈਠੀਆਂ ਰਹਿਣ। ਸਹੀ ਹੋ ਗਿਆ। ਹਾਂਜੀ, ਰਾਤ ਨੂੰ ਚਾਰਦੇ ਸੀ ਸਾਡੇ ਵੱਡੇ ਕੇ। ਠੀਕ। ਤੇ ਹੁਣ ਤੁਸੀਂ ਸ਼ੁਰੂ ਤੋਂ ਹੀ ਇਹੀ ਕੰਮ ਕਰ ਰਹੇ ਹੋ ਬਚਪਨ ਤੋਂ ਹੀ? ਅਸੀਂ ਬਚਪਨ। ਕਿੰਨੇ ਪੜ੍ਹੇ ਹੋਏ ਹੋ ਜੀ? ਬਾਪ ਸਾਨੂੰ ਸੋਟੀ। ਕਿੰਨਾ ਪੜ੍ਹੇ ਜੀ ਤੁਸੀਂ? ਮੈਂ ਇੱਕ ਜਮਾਤ ਨਹੀਂ ਪੜ੍ਹਿਆ, ਮੈਂ ਇਹੋ ਸਕੂਲ ਪੜ੍ਹਿਆ। ਸਕੂਲ ਦੂਸਰੇ ਨਹੀਂ ਗਏ? ਨਾ ਨਾ, ਮੈਨੂੰ ਨਹੀਂ ਪਤਾ ਸਕੂਲ ਦਾ ਬੂਆ ਕਿਹੜੇ ਪਾਸੇ। ਸਹੀ ਹੋ ਗਿਆ। ਮੈਨੂੰ ਸ਼ੌਕ ਬੱਕਰੀਆਂ ਦਾ। ਕਿੰਨੀ ਦੇ ਕਿੰਨੀਆਂ ਸ਼ੁਰੂ ਚ ਬੱਕਰੀਆਂ ਤੁਸੀਂ ਰੱਖੀਆਂ ਜੀ? ਅਸੀਂ ਬੱਕਰੀਆਂ 40 ਵੀ ਰੱਖੀਆਂ, 35 ਵੀ ਰੱਖੀਆਂ, 20 ਵੀ, ਹੁਣ 25 ਵੀ ਰੱਖਦੇ। ਠੀਕ ਹੈ। ਬਾਕੀ ਰੱਖਣੀ ਬੱਕਰੀ, ਦੂਜੀਆਂ ਬੱਕਰੀਆਂ ਨਹੀਂ, ਚੰਗੀ ਰੱਖਣੀ, ਚੰਗੀ ਲੈਣੀ ਵੀ ਆ, ਚੰਗੀ ਦੇ ਵੀ ਦੇਣੀ। ਠੀਕ ਹੈ। ਹਾਂਜੀ। ਬਾਬਾ ਜੀ ਤੁਹਾਡਾ ਉਸਤਾਦ ਕਿਹੜਾ? ਮੇਰਾ ਜੀ ਦੀਨਾ ਗੁੱਜਰ ਸੀ, ਚੌਰੀ ਦੀਨ ਮੁਹੰਮਦ ਗੁੱਜਰ ਆ, 5 ਨੰਬਰ ਗਲੀ ਆਰਫ ਵਾਲੇ ਦਾ ਰਹਿਸ਼ੀ ਆ। ਆਰਫ ਉਹਨੇ ਕੋਲ ਇਸ ਟਾਈਮ ਹੈ? ਇਸ ਟਾਈਮ ਹੈ ਉਹ? ਨਹੀਂ ਜੀ, ਉਹ ਵਫਾਤ ਪਾ ਗਿਆ। ਵਫਾਤ ਪਾ ਗਿਆ। ਵਫਾਤ ਪਾ ਗਿਆ ਜੀ। ਇਸ ਇਲਾਕੇ 'ਚ ਹੋਰ ਕਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਜਿਹੜੇ ਤੁਹਾਡੇ ਤਰ੍ਹਾਂ? ਨਵਾਂ ਜਦ ਬੰਦੇ ਜਿਹੜੇ ਨਾ ਬਾਲੇ ਖਤਮ ਹੋ ਗਏ। ਇਸ ਟਾਈਮ ਕੋਈ ਨਹੀਂ? ਪੁਰਾਣੇ ਬੰਦੇ ਅਸੀਂ ਸਮਝ ਲਾ ਹੈਗੇ ਆ, ਹੁਣ ਨਵੀਆਂ ਨਵੀਆਂ ਗੁੱਡੀਆਂ, ਨਵੇਂ ਨਵੇਂ ਪਟੋਲੇ। ਹੁਣ ਜਿਹਨੂੰ ਕੋਈ ਕੰਮ ਨਹੀਂ ਲੱਭਦਾ ਉਹ ਕਹਿੰਦਾ ਬੱਕਰੀਆਂ ਚਾਰ ਬਣਾ ਲਓ। ਸਹੀ। ਇਹ ਬੱਕਰੀਆਂ ਵਾਲੀ ਫਕੀਰੀ ਬਹੁਤ ਵੱਡੀ ਆ। ਠੀਕ ਹੈ। ਬਾਬਾ ਜੀ ਕਿਹੜੇ ਸ਼ੌਕੀਨ ਬੰਦੇ ਨਵੇਂ ਨਵੇਂ ਆ ਰਹੇ ਆ? ਕੋਈ ਕਹਿੰਦਾ ਜੀ ਕੰਨ ਲੰਮੇ ਹੋਣੇ ਚਾਹੀਦੇ ਆ, ਕੋਈ ਕਹਿੰਦਾ ਮੂੰਹ ਲੰਮਾ ਹੋਣਾ ਚਾਹੀਦਾ, ਉਹਨਾਂ ਦੇ ਬਾਰੇ ਕੁਝ ਕਹਿੰਦੇ? ਉਹ ਜੀ ਗੱਲ ਹੈ, ਹੁਣ ਨਵੇਂ ਨਵੇਂ ਫੈਸ਼ਨ ਚੱਲ ਗਏ। ਹਾਂਜੀ। ਅਗਲੀਆਂ ਗੱਲਾਂ ਗਈਆਂ। ਸਹੀ ਹੈ। ਅਗਲੇ ਬੰਦੇ ਕਹਿੰਦੇ ਬੱਕੀ ਦਾ ਥੱਲਾ ਖੁੱਲਾ ਹੋਵੇ, ਥਣ ਚੱਡਾ। ਠੀਕ ਹੈ। ਥਣ ਮੋਟਾ, ਢੇਡੀਆਂ ਵਾਲਾ, ਚੱਡਾ ਠੁਕਮਾ, ਬੱਕਰੀ ਦਾ ਲੈ ਦੁੱਧ ਚੰਗਾ ਹੋਵੇ। ਹੁਣ ਜਿਹੜੇ ਆ ਕੱਦ ਲੈਂਦੇ ਆ ਬੱਕਰੀ ਥੱਲਿਓ, ਭਾਵੇਂ ਖੁਸਰੀ ਹੋਵੇ। ਸਹੀ ਹੈ। ਹਾਂ, ਚੱਡਾ ਨਹੀਂ ਵੇਹਦੇ, ਥਣ ਚੱਡਾ ਨਹੀਂ ਵੇਹਦੇ, ਕੱਦ ਨੂੰ ਵੇਹਦੇ। ਸਹੀ। ਬੱਕਰੀ ਥਣ ਚੱਡੇ ਦੀ ਆ, ਥਣ ਚੱਡੇ ਵਾਲੀ ਬੱਕਰੀ, ਮੱਝ ਵੀ ਥਣ ਚੱਡੇ ਦੀ, ਬੱਕਰੀ ਵੀ ਥਣ ਚੱਡੇ ਦੀ। ਠੀਕ। ਹਾਂਜੀ, ਇਹ ਨਸਲਾਂ ਵਾ। ਠੀਕ। ਜਿਹੜੇ ਮੇਰੇ ਤਰ੍ਹਾਂ ਨਵੇਂ ਬੰਦੇ ਆਉਂਦੇ ਆ ਇਸ ਮਤਲਬ ਕਿ ਫਾਰਮ ਬਣਾਉਂਦੇ ਆ, ਉਹਨਾਂ ਕੋਲ ਚਰਾਈ ਵਾਸਤੇ ਨਹੀਂ ਹੈ, ਉਹਨਾਂ ਨੂੰ ਕੋਈ ਮਸ਼ਵਰਾ ਦਿੰਦੇ ਹੋ ਕਿਹੜੇ ਚਰਾਈ? ਬੜੇ ਮਸ਼ਵਰੇ ਦੇਈਦੇ, ਉਹ ਪੁੱਛਦੇ ਖੁਰਾਕਾਂ ਦੱਸੀ ਦੀਆਂ, ਉਹਨਾਂ ਨੂੰ ਕਹੀਦਾ ਦਾਣਾ ਪਾਓ, ਇਹਨਾਂ ਦੀ ਖਿਦਮਤ ਕਰੋ, ਚੰਗੀ ਬੱਕਰੀ ਤੇ ਚੰਗਾ ਬੱਕਰਾ ਛੱਡੋ, ਨਸਲੀ ਗਾਂ, ਚੰਗੀਆਂ ਛੇਲੀਆਂ ਪੈਦਾ ਹੋਣ, ਥਣ ਚੱਡੇ ਚੰਗੇ ਪਾਉਣ, ਨੱਕ ਮੂੰਹ ਚੰਗਾ ਹੋਵੇ, ਫੋਟੋ ਚੰਗਾ ਲਿਆਉਣ। ਸਹੀ। ਹੁਣ ਤੁਸੀਂ ਇਸ ਟਾਈਮ ਕਿੰਨਾ ਦਿਨ ਕਿੰਨਾ ਚਰਾਈ ਕਰਾਉਂਦੇ ਹੋ, ਕਿੰਨਾ ਟਾਈਮ ਬੱਕਰੀਆਂ ਦਾ? ਹਾਂਜੀ, ਬਹਿਣ ਦਾ? ਨਹੀਂ ਨਹੀਂ, ਸਵੇਰ ਲੈਗ, ਸਵੇਰ ਕਿਸ ਟਾਈਮ ਕਰਦੇ ਹੋ ਬੱਕਰੀਆਂ? ਅਸੀਂ ਬੱਕਰੀਆਂ 7 ਵਜੇ ਸਵੇਰੇ ਕੱਢ ਲਈਦੀਆਂ। ਤੇ ਵਾਪਸੀ ਕਿਸ ਟਾਈਮ ਲੈ ਕੇ ਜਾਂਦੇ? ਅਸੀਂ ਜਾਣਾ ਜੀ ਦਿਨ ਗਰੂਪ ਹੋਵੇ ਤਾਂ, ਬਸ ਗਰੂਪ ਹੋਏ ਦਿਨ। ਠੀਕ। ਗਰੂਪ ਹੋਏ ਦਿਨ ਤੇ ਜਾਣਾ। ਬਾਬਾ ਜੀ ਸ਼ੁਰੂ ਤੋਂ ਇੱਕ ਹੀ ਨਸਲ ਤੁਸੀਂ ਸ਼ੌਕ ਕੀਤਾ ਹੋਰ? ਹਾਂਜੀ, ਇਹ ਬੱਕਰੀਆਂ ਸਾਡੀਆਂ ਜਿਹੜੀਆਂ ਹਿੰਦੁਸਤਾਨ ਦੀਆਂ। ਹਾਂਜੀ। ਇੰਡੀਆ 'ਚੋਂ ਇਹ ਬੱਕਰੀਆਂ ਆਈਆਂ। ਹਾਂਜੀ। ਠੀਕ ਹੈ। ਉੱਧਰ ਸੀਗਾ ਅੰਮ੍ਰਿਤਸਰ। ਠੀਕ ਹੈ। ਅੰਮ੍ਰਿਤਸਰੋਂ ਇਹ ਬੱਕਰੀਆਂ ਚੱਲੀਆਂ ਕਾਲੀਆਂ। ਠੀਕ ਹੈ। ਹੁਣ ਤਾਂ ਬੰਦਿਆਂ ਨੇ ਚੂੜੀਆਂ ਤੋਂ ਮਸਲਣਾ ਬਣਾ ਲਈਆਂ, ਨਾਗਰੀ ਬੱਕਰੀ ਬਣਾ ਲਈ, ਕੋਈ ਚੀਨੀ ਬਣਾ ਲਈ, ਕੋਈ ਡੱਬੀ ਬਣਾ ਲਈ, ਬੱਕਰੇ ਛੱਡ ਛੱਡ ਕੇ ਬੱਕਰੀਆਂ ਖਰਾਬ ਕਰ ਲਈ। ਅਸਲ ਕਿਹੜੀ? ਅੰਮ੍ਰਿਤਸਰੀ ਬੱਕਰੀ? ਅੰਮ੍ਰਿਤਸਰੀ ਕਾਲੀ, ਅਸਲ ਕਾਲੀ ਆ, ਕਾਲੀ ਬੱਕਰੀ। ਠੀਕ ਹੈ। ਗੱਲ ਪਛਾੜ ਬੜੀ ਅਗਾੜ ਬੜੀ। ਠੀਕ ਹੈ। ਜਿਹੜੀ ਚੀਨੀ ਬੱਕਰੀ ਉਹਦੀ ਪਛਾੜ ਕੋਈ ਨਹੀਂ, ਨਾ ਉਹਨੇ ਦੁੱਧ ਚੰਗਾ ਦੇਣਾ, ਮੁੜ ਕੇ ਉਹਨੇ ਕਹਿਣਾ ਮੈਂ ਦੇ ਦਿੱਤਾ ਜਿਹੜਾ ਦੇਣਾ। ਠੀਕ ਹੈ। ਸਹੀ ਹੋ ਗਿਆ। ਬਾਬਾ ਜੀ ਇਸ ਟਾਈਮ ਤੁਸੀਂ ਕਿਹੜੀ ਬੱਕਰੀ ਦਾ ਜ਼ਿਆਦਾ ਸ਼ੌਕ ਕਰਦੇ ਹੋ ਨਾ, ਰੇਵੜੇ 'ਚ ਇਸ ਟਾਈਮ ਤੁਹਾਡੇ ਮੌਜੂਦ ਹੋਏਗੀ? ਅੱਛਾ ਜੀ, ਉਹ ਬੱਕਰੀ, ਉਸ ਬੱਕਰੀ ਦਾ ਦਿਖਾ ਦਿੰਦੇ ਆ, ਉਸ ਬੱਕਰੀ ਦਾ ਸਾਨੂੰ ਸ਼ੌਕ ਕਰਾਓ ਜੀ। ਜਿਹੜਾ ਕੰਨ ਖੁੱਲਾ ਲੈਨੇ ਆ। ਹਾਂਜੀ, ਕਾਲੀ ਬੱਕਰੀ ਆ ਰੰਗ ਹੋਵੇ ਬੱਕਰੀ ਦਾ, ਇਹ ਬੱਕਰੀ ਬੱਕਰੀ ਹੋਵੇ। ਠੀਕ ਹੈ। ਕਾਲੀ ਬੱਕਰੀ ਹੋਵੇ। ਹਾਂਜੀ, ਠੀਕ ਆ। ਆ ਫੋਟੋ ਹੋਣ ਬੱਕਰੀ, ਐਸ ਰੁੱਖ ਦੀਆਂ ਬੱਕਰੀਆਂ ਹੋਣ। ਇਹਦੇ 'ਚ ਤੁਹਾਨੂੰ ਕੀ ਚੀਜ਼ ਪਸੰਦ ਹੈ ਜਿਹੜੀ? ਆ ਪਸੰਦ ਆ ਜੀ, ਆ ਜਿਹੜੇ ਆ ਪਕਾਨੇ, ਮਾਸ਼ਾਅੱਲਾ ਆ ਲੱਗੇ ਚੰਨ ਪੀਰ ਦੇ ਫੂਕਣ, ਇਹ ਚੀਜ਼ ਪਸੰਦ। ਮੇਰੀ ਬੱਕਰੀ ਦੇ ਉੱਤੇ ਦੇ ਲਾ ਜੇ ਭੋਰਾ ਵੀ ਚੱਡਾ ਬੱਕਰੀ ਛੱਡਿਆ। ਹਾਂਜੀ, ਇਹਦੇ 'ਚ ਕੀ ਨਿਸ਼ਾਨੀ ਤੁਹਾਡੇ ਕੋਲ? ਨਿਸ਼ਾਨੀ ਇਹ ਜੇ ਜੀ, ਜਿਹੜੀਆਂ ਬੱਕਰੀਆਂ ਉਹ ਜੀਆਂ ਉਹ ਚੱਡੇ ਆ ਘੁੱਖਦੇ ਉਹਨਾਂ ਦੇ। ਹਾਂਜੀ। ਇਹ ਬੱਕਰੀ ਜਿੱਦਣ ਸੂਈ ਮਾਸ਼ਾਅੱਲਾ ਇੱਥੇ।
तोता फेस कहंदे ने ओ चीज भी नहीं है तोते इन्हां चो पैदा होंदे आ तोते इही पैदा होईआं इक बकरी दा निकौड किथे पिया निकौड अमृतसरी दी कन बहुत लंबे होंदे आ जी ठीक है लेकिन ए तुहाडी कड़ी बकरी तुसी पास कर रहे हो इहदे कन लंबे नहीं है इहदे कन ही छोटे आ जिहड़ी बकरी होर बकरी दी वजूद वेख बकरी दी लंबाई वेख थण चड्डे दी वंड वेख अमृतसर दिया निशानिया मार ला पठोरी नू अजे चेली खीरी आ बच्ची बाकी निगा मार ला अगर कोई नवा माशाल्लाह भतीज हसूला जम दिया मूह तिखे जिदन सूई दे ज्यादा सिटे तो फिर साडा रखण दा काम की आ सही हो गया जी गुड मेनू भी सही तरह कन्फर्म नहीं है ठीक है तुसी ए चीज दसनी है कि असल अमृतसरी बीतल दी असल निशानी की आ अमृतसरी बकरी दी निशानी आ सिंग निक्का बदाम बदाम ठीक है ठीक है कन बकरी दा खुला छज रंग काला हो या काली डब्बी होगी काला या काली डब्बी हो हां अमृतसर दी निशानी सही है लेकिन कड़ी नागरिया नुगरिया ए नहीं है अमृतसर बकरे बकरियां जो बकरे पै पै खराब कर लिया बंदिया ने कोई नागरी बना ले कोई चीनी बना ले कोई डब्बी बना ले ठीक है हां जी करावे एक बकरियां हुन फेर बकरियां हुंदियां एक हड दियां सिद्धियां सही माशाल्लाह हुन आ बकरा इना बकरियां जो फबदा आ बकरा ठीक है हां जी इना बकरियां जे ए बकरा सोहना वा बिल्कुल सोहना माशाल्लाह प्यारा है हुन इदू परा होर की करूगा बकरा दादा दे कन वड्डे नहीं कन लंबे आ कि नहीं खड़े होंगे सही माशाल्लाह हां जी ए अमृतसर दी निशानी आ ते पूछ पूछ बकरे दी देख ला किथे पई आ सही आ बिलकुल सही आ बाबा जी दो मेरे एक मेरा भतीजा चार बंदे बकरियां दे मंगर बाबा जी हुन तुसी बुड्ढे हो गए हो बुड्ढे ते हो गए दिल ता नहीं बुड्ढा होया हाय दिल नहीं बुड्ढा होया मेरा सही है बकरियां मगर आमा ना मैनू टका नहीं आंदा बकरियां मगर ना हो तो तानु सुकून कर नहीं आंदा मैनू सुकून नहीं का सही है इधरु छुट्टी भी करदे हो के नहीं किते मजबूरी है ता भमे हो जा नहीं ता गल फिक्र इना दा जादे हां जी मैं जी जे मंडी जाना ना ते बंदे मेनू कहंदे बाबा जी मंडी ते तो बिना फबदी नहीं सोहनी नहीं लगदी रौनक है नहीं हां जी और मेनू कोई लालच नहीं कोई मेनू कोई बचत नहीं एक मेनू शौक आ ते मेनू मजबूरी करके सज्जन बेली मेनू ओथे मिल पेंदे आ
ਤਾਰਫ ਹੋ ਜਾਂਦਾ ਵਾ ਤੇ ਮੈਂ ਜਾਣਾ ਔਰ ਮੈਨੂੰ ਇਹ ਕਹਿੰਦੀਆਂ ਨਾ ਜਾ ਸਾਨੂੰ ਛੱਡ ਕੇ ਠੀਕ ਮੇਰੀ ਜਾਨ ਇਹਨਾਂ ਚ ਹੀ ਹੁੰਦੀ ਪਿਛਾਂ ਵੀ ਅੱਜ ਬੱਕਰੀਆਂ ਭੁੱਖੀਆਂ ਨਾ ਆਉਣ ਬਿਲਕੁਲ ਰੱਜ ਕੇ ਆਉਣ ਸ਼ਾਮ ਨੂੰ ਮੈਂ ਇਕੱਲੀ ਇਕੱਲੀ ਬੱਕਰੀ ਵੇਹਣਾ ਵੀ ਭੁੱਖੀਆਂ ਕੇ ਰੱਜੀਆਂ ਸਹੀ ਬੱਕਰੀਆਂ ਰੱਜੀਆਂ ਹੁਣ ਮੇਰਾ ਖੂਨ ਫੇਰ ਵੱਧਦਾ ਮਾਸ਼ਾਅੱਲਾ ਭੁੱਖੀਆਂ ਹੁਣ ਤਾਂ ਮੇਰਾ ਖੂਨ ਸੜਦਾ ਸਹੀ ਆ ਹਾਂਜੀ ਇੱਕ ਜੋੜਾ ਫਿਰ ਰਿਹਾ ਜੀ ਬਾਬੇ ਕਹਿੰਦੇ ਚੈੱਕ ਕਰਵਾਉਣਾ ਜੀ ਤੇ ਮੈਂ ਚੈੱਕ ਕਰਵਾਉਣੇ ਆ ਜੀ ਆ ਜੀ ਇਹ ਮਲੰਗਣੀ ਆਏ ਵੀ ਮਲੰਗਣੀ ਆ ਠੀਕ ਹੈ ਇਹ ਇਹਨਾਂ ਦੀਆਂ ਬਰਕਤਾਂ ਇਹਨਾਂ ਚੋਂ ਪੈਦਾ ਹੋਈ ਹੈ ਸਹੀ ਹੈ ਮਾਸ਼ਾਅੱਲਾ ਇੱਕ ਮਾਸ਼ਾਅੱਲਾ ਕਾਫੀ ਹਾਈਟ ਹੈ ਜੀ ਠੀਕ ਹੈ ਤੇ ਬਾਬਾ ਜੀ ਕਹਿੰਦੇ ਨੇ ਮਲੰਗਣੀ ਆ ਇਹ ਮਲੰਗਣੀ ਆ ਜੀ ਰੱਬ ਦੇ ਦੇਣ ਆ ਇਹ ਕਿੰਨੇ ਦੰਦ ਹੋ ਗਏ ਇਸ ਟਾਈਮ ਜੀ ਹੋ ਪੁੱਤਰ ਅੱਖੋ ਅੱਖੋ ਕੁੜੀ ਅੱਗੇ ਬਾ ਵੈਸੇ ਦੱਸ ਦਿਓ ਬਾਬਾ ਜੀ ਛੋੜ ਦਿਓ ਹੋ ਜਾ ਦੇਖ ਤਸੱਲੀ ਕਰ ਲੈ ਚਾਰ ਆ ਜੀ ਠੀਕ ਆ ਹਾਂਜੀ ਠੀਕ ਆ ਤੇ ਯਾਰ ਆਪਾਂ ਝੂਠ ਨਹੀਂ ਆਪਣੇ ਕੋਲ ਝੂਠ ਨਹੀਂ ਸਹੀ ਆ ਸੱਚ ਦੇ ਬੇੜੇ ਪਾਰ ਹਾਂਜੀ ਤੇ ਬਾਬਾ ਜੀ ਸੇਲ ਸੂਲ ਕੀਤਾ ਕਿਸੇ ਨੇ ਕਿਸੇ ਕੋਈ ਭਾਈ ਆਇਆ ਹੋਵੇ ਤੁਹਾਨੂੰ ਉਹਨਾਂ ਨੇ ਇਹਨਾਂ ਕਿਹਾ ਹੋਵੇ ਕਿ ਸਾਨੂੰ ਦੇ ਦਿਓ ਨਹੀਂ ਅਸੀਂ ਵੇਚਦੇ ਨਹੀਂ ਭਾਵੇਂ ਸਾਨੂੰ ਕੋਈ 6 ਲੱਖ ਵੀ ਦੇਵੇ 4 ਲੱਖ ਵੀ ਦੇਵੇ ਇਹ ਸੇਲ ਹੀ ਨਹੀਂ ਕਰਨੀ ਇਹ ਸ਼ੌਕ ਨਾਲ ਰੱਖਣ ਦਾ ਨਾ ਹੀ ਨਹੀਂ ਇਹ ਸ਼ੌਕ ਨਾਲ ਕਿਸਮਤ ਨਾਲ ਆਲਿਆਂ ਕੋਲ ਹੁੰਦੀਆਂ ਨੇ ਹਾਂਜੀ ਰੱਬ ਗਜਾਇਸ ਦੇਗਾ ਹਾਂਜੀ ਤੇ ਅੱਲਾ ਵਾਸਤੇ ਕਰਕੇ ਵੰਡ ਦਿਆਂ ਵੰਡ ਦਿਓਗੇ ਵੰਡ ਦੇਾਂਗੇ ਵੇਚਣੀ ਸਹੀ ਹੋ ਗਿਆ ਜਾਂ 2 ਮਣ ਆਟਾ ਲਾ ਦੇਾਂਗੇ 4 ਮਣ ਹਾਂਜੀ ਖੁਦਾ ਵਾਸਤੇ ਕਰਕੇ ਬੱਚਿਆਂ ਨੂੰ ਖਵਾ ਦਿਆ ਸਹੀ ਹੈ ਮਾਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਕਾਮਯਾਬੀ ਦੇਵੇ ਸਹੀ ਹੈ ਮਾਸ਼ਾਅੱਲਾ ਇਸ ਤੋਂ ਪਹਿਲੇ ਵੀ ਕਦੇ ਇਸ ਤਰ੍ਹਾਂ ਹੋਇਆ ਤੁਹਾਡੇ ਕੋਲ ਅੱਗੇ ਵੀ ਹੋਈਆਂ ਸਹੀ ਹੈ ਉਹ ਐਵੇਂ ਹੀ ਤਕਸੀਮ ਕੀਤੀ ਇਹਦੀ ਕੀ ਵਜ੍ਹਾ ਹੁੰਦੀ ਹੈ ਇਸ ਤਰ੍ਹਾਂ ਕਿਉਂ ਹੁੰਦੇ ਨੇ ਇਹਦੀ ਆ ਵਜ੍ਹਾ ਜੀ ਆ ਵੇਖੋ ਇਹ ਨਵੀਂ ਨਹੀਂ ਹੋਉਂਦੀ ਸਹੀ ਨਾ ਨਾ ਇਹ ਨਵੀਂ ਹੋਵੇ ਨਾ ਇਹ ਸੋਵੇ ਇਹ ਰੱਬ ਦੀ ਫਕੀਰ ਨਹੀਂ ਹੈ ਰੱਬ ਦੀ ਫਕੀਰ ਨਹੀਂ ਹੈ ਠੀਕ ਹੈ ਇਹ ਰੱਬ ਦੇ ਕੰਮ ਆ ਇਸ ਤੋਂ ਇਲਾਵਾ ਕਿਹੜੀ ਦੂਸਰੀ ਫੇਰੀ ਸੀ ਉਧਰ ਦੂਜੀ ਵੀ ਹੈਗੀ ਉਧਰ ਆਓ ਉਧਰ ਬਹੁਤ ਕਹਿੰਦੀ ਹੈ ਯਾਰ ਲੈ ਇੰਨਾ ਮਾਲ ਹੋਵੇ ਸਾਡੇ ਤੇ ਨਿਗਾਹ ਨਾ ਕਿਸੇ ਬੰਦੇ ਦੀ ਆਵੇ ਅਸੀਂ ਮਾਲ 'ਚ ਲੁਕੀਆਂ ਰਹੀਏ ਸਹੀ ਹੈ ਮਾਸ਼ਾਅੱਲਾ ਹਾਂਜੀ ਜਿੱਥੇ ਇਹ ਪੈਦਾ ਹੋ ਗਈਆਂ ਉੱਥੇ ਸਮਝ ਲੈ ਰੱਬ ਦੀਆਂ ਰਹਿਮਤਾਂ ਹੀ ਹੋ ਗਈਆਂ ਸਹੀ ਇਹ ਆਮ ਥਾਂ ਪੈਦਾ ਅੱਛਾ ਬਾਬਾ ਜੀ ਤੁਹਾਡੇ ਰੇਵੜੇ ਚ ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਉੱਚੀਆਂ ਇਹ ਹੀ ਦੋ ਨੇ ਹਾਂਜੀ ਵੱਡੀਆਂ ਇਹ ਹੀ ਆ ਕਰਮਾ ਇਹ ਕਾ ਬੱਕਰੀ ਵੀ ਵੱਡੀ ਆ ਅਰੇ ਬੱਕਰੀ ਕਾਠ ਠੀਕ ਆ ਇਹ ਲਿਆ ਨਾ ਮਾਸ਼ਾਅੱਲਾ ਵੇਖਣ ਨੂੰ ਬਹੁਤ ਹੀ ਖੂਬਸੂਰਤ ਲਓ ਜੀ ਨਾ ਲਓ ਜੀ ਇਸ ਤੋਂ ਬਾਅਦ ਇਹ ਚੀਜ਼ ਆ ਠੀਕ ਹੈ ਇਹ ਵੀ ਉਹੀ ਚੀਜ਼ ਆ ਸੇਮ ਆ ਇਹ ਵੀ ਮਲੰਗਣੀ ਆ ਮਾਸ਼ਾਅੱਲਾ ਜੀ ਤੇ ਸਭ ਤੋਂ ਪਹਿਲੀ ਗੱਲ ਇਹ ਵੇਖਣ ਨੂੰ ਬਹੁਤ ਹੀ ਮਾਸ਼ਾਅੱਲਾ ਖੂਬਸੂਰਤ ਹੈ ਠੀਕ ਹੈ ਅਤੇ ਦੂਸਰਾ ਸਭ ਤੋਂ ਸਾਰੀਆਂ ਬੱਕਰੀਆਂ 'ਚ ਇਹ ਖੜੀਆਂ ਨੇ ਲੇਕਿਨ ਸਭ ਤੋਂ ਜ਼ਿਆਦਾ ਹਾਈਟ 'ਚ ਮਾਸ਼ਾਅੱਲਾ ਇਹ ਆ ਠੀਕ ਹੈ ਅਤੇ ਇਹ ਕਿੰਨੇ ਦੰਦ ਹੋ ਗਏ ਇਹ ਜੁੜਵਾਂ ਸਨ ਕੱਲੀ ਕੱਲੀ ਆ ਜੀ ਸਹੀ ਠੀਕ ਹੋ ਗਿਆ ਛੋੜ ਦਿਓ 6 ਦੰਦ ਠੀਕ ਹੈ ਅਤੇ ਇਹਦਾ ਹੀ ਉਹੀ ਸੀਨ ਹੈ ਉਹ ਬੱਕਰੇ ਜੁਆ ਉਹ ਬੁੜਕਦੀ ਆ ਹਾਂਜੀ ਇਹ ਮਸਤਾਨੀ ਆ ਇਹ ਨਹੀਂ ਬੁੜਕਦੀ ਇਹ ਮਲੰਗਣੀ ਇਹ ਬੋਲਦੀ ਨਹੀਂ ਬਿਲਕੁਲ ਇਹਨੂੰ ਪਤਾ ਹੀ ਨਹੀਂ ਉਹ ਜਿਹੜੀ ਉਹ ਬੱਕਰੇ ਦੀ ਰੱਗ ਚ ਉਹ ਬੁੜਕਦੀ ਆ ਬੱਕਰੀ ਬੋਲੀ ਹੋਵੇ ਟੱਪਦੀ ਉੱਠੇ ਇਹ ਨਹੀਂ ਟੱਪਦੀ ਸਹੀ ਹਾਂਜੀ